ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਅਤੇ ਨਾਲ ਹੀ ਬੈੱਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ। भाई हमें तो परियां नजर आ रही हैं। इस पगले ने कभी किसी का दिल नहीं तोड़ा, यू नो व्हाई? अरे एक वैद से अवैध काम क्यों करवा रहे हो? उफ, ना प्यार ना पैसा ना कोई काम, इस दीवाने की सबसे बड़ी प्रॉब्लम है। सुनो बोलने वालों, इसका नाम, लोगों के बच्चे घर आते हैं वो कहते कि मेरा लाल आ गया, मुझे कहते थे मेरा काला आ गया। ਬੀਨੂ ਢਿੱਲੋਂ ਦੀ ਬਾਲੀਵੁੱਡ ਵਿੱਚ ਧਮਾਕੇਦਾਰ ਐਂਟਰੀ, ਸਨੀ ਦਿਓਲ ਨਾਲ ਆਉਣਗੇ ਬੀਨੂ ਢਿੱਲੋਂ। ਨਿਊਜ਼ ਲਾਈਨ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀ ਐਕਟਰ ਹੌਲੀ ਹੌਲੀ ਬਾਲੀਵੁੱਡ ਵਿੱਚ ਵੀ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਹਨ। ਪਿਛਲੇ ਦਿਨੀ ਕੈਰੀ ਔਨ ਜੱਟਾਂ ਵਿੱਚ ਬੀਨੂ ਢਿੱਲੋਂ ਦੀ ਚਰਚਾ ਅਜੇ ਖਤਮ ਨਹੀਂ ਹੋਈ ਕਿ ਹੁਣ ਢਿੱਲੋਂ ਸਾਹਿਬ ਬਾਲੀਵੁੱਡ ਇੰਡਸਟਰੀ ਵਿੱਚ ਹਸਾਸ ਆ ਕੇ ਲੋਕਾਂ ਦੇ ਢਿੱਡੀ ਪੀੜਾਂ ਪਾਉਣਗੇ। ਦੱਸਿਆ ਜਾ ਰਿਹਾ ਹੈ ਕਿ 15 ਅਗਸਤ ਨੂੰ ਆ ਰਹੀ ਫਿਲਮ ਜਮਲਾ ਪਗਲਾ ਦੀਵਾਨਾ 3 ਵਿੱਚ ਬੌਬੀ ਦਿਓਲ, ਸੰਨੀ ਦਿਓਲ, ਧਰਮਿੰਦਰ, ਸਲਮਾਨ ਖਾਨ ਨਾਲ ਬੀਨੂ ਢਿੱਲੋਂ ਵੀ ਆ ਰਹੇ ਹਨ। ਇਸ ਸੰਬੰਧ ਵਿੱਚ ਤੁਹਾਡੀ ਕੀ ਰਾਏ ਹੈ ਕਿ ਪੰਜਾਬੀ ਅਦਾਕਾਰਾਂ ਦਾ ਬਾਲੀਵੁੱਡ ਵਿੱਚ ਜਾਣਾ ਠੀਕ ਹੈ ਜਾਂ ਨਹੀਂ, ਕਮੈਂਟ ਕਰਕੇ ਜ਼ਰੂਰ ਦੱਸੋ। ਹੋਰ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਜ਼ਰੂਰ ਸਬਸਕ੍ਰਾਈਬ ਕਰੋ। ਤੁਹਾਡਾ ਇਹਦਾ ਦਿਨ ਸ਼ੁਭ ਰਹੇ। ਧੰਨਵਾਦ।